ਪਿਆਰੇ ਵਿਦਿਆਰਥੀਓ ਬਹੁਤ ਹੀ ਇੰਪੋਰਟੈਂਟ ਟੌਪਿਕ ਚੈਪਟਰ 9 થી ਸ਼ੁਰੂਆਤ ਕਰਨ ਜਾ ਰਹੇ ਹਾਂ ਸਮ ਐਪਲੀਕੇਸ਼ਨਸ ਆਫ ਟ੍ਰਿਗਨੋਮੈਟਰੀ 8th ਚੈਪਟਰ ਦੇ ਵਿੱਚ ਆਪਾਂ ਤ੍ਰਿਗਨੋਮਿਤੀ ਪੜ੍ਹੀ ਹੈ ਟ੍ਰਿਗਨੋਮੈਟਰੀ ਪੜ੍ਹੀ ਹੈ ਪਰ ਉਸ ਦੇ ਉਪਯੋਗ ਕਿਵੇਂ ਹੋ ਸਕਦੇ ਆ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਭੂਮਿਕਾ ਬੰਨੀ ਸੀ ਤ੍ਰਿਗਨੋਮਿਤੀ ਦੀ ਪਹਿਲੀ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਮੈਂ ਲਗਾਤਾਰ 5 ਪਾਰਟ ਪਾਏ ਨੇ ਤ੍ਰਿਗਨੋਮਿਤੀ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਨਹੀਂ ਦੇਖੇ ਉਹ ਪਾਰਟ 1 ਤੋਂ ਲੈ ਕੇ ਪਾਰਟ 5 ਤੱਕ ਇਸ YouTube ਚੈਨਲ ਤੇ ਪਏ ਨੇ ਉਹ ਦੇਖੋ ਤਾਂ ਜਿਹੜੇ ਉਹ ਪੰਜ ਪਾਰਟ ਪਾਏ ਸੀ ਉਹਦੇ ਵਿੱਚ ਆਪਾਂ ਬੇਸ ਜੋ ਬੇਸ ਬਣਾਇਆ ਸੀ ਉਹਦੋਂ ਵੀ ਮੈਂ ਗੱਲਾਂ ਰੱਸੀਆਂ ਸੀਗੀਆਂ ਕਿ ਮੰਨ ਲਓ ਆਹ ਕੋਈ ਟਾਵਰ ਹੈ ਇੱਥੇ ਕੋਈ ਚਿੜੀ ਬੈਠੀ ਹੈ ਇੱਥੋਂ ਟਾਵਰ ਦਾ ਜਾਂ ਆਹ ਟਾਵਰ ਦੇ ਨਾਲ ਮੰਨ ਲਓ ਪੌੜੀ ਲਾਈ ਹੈ ਚਿੜੀ ਵੀ ਨੇ ਮੇਠੀ ਪੌੜੀ ਲਗਾਈ ਹੈ ਉੱਪਰ ਨੂੰ ਜਿਹੜਾ ਐਂਗਲ ਬਣ ਰਿਹਾ ਹੈ ਇਹਦਾ ਪੌੜੀ ਦਾ ਉੱਪਰ ਨੂੰ ਹਾਰੀਜ਼ਨਟਲ ਆ ਹਾਰੀਜ਼ਨਟਲ ਹਾਰੀਜ਼ਨਟਲ ਜਿਹੜੀ ਲੇਟਵੀਂ ਰੇਖਾ ਹੁੰਦੀ ਹੈ ਜਿਹਨੂੰ ਲੇਟਵੀਂ ਰੇਖਾ ਵੀ ਕਹਿੰਦੇ ਆ ਤੇ ਇੰਗਲਿਸ਼ ਕਹਿੰਦੇ ਆਪਾਂ ਹਾਰੀਜ਼ਨਟਲ ਜਿਹੜਾ ਖੜਾ ਹੈ ਇਹ ਇਹ ਕੀ ਹੈ ਵਰਟੀਕਲ ਹੈ ਖੜੀ ਹੋਈ ਰੇਖਾ ਵਰਟੀਕਲ ਹੁੰਦੀ ਹੈ ਲੇਟਵੀਂ ਹਾਰੀਜ਼ਨਟਲ ਨਾਲ ਜਿਹੜਾ ਕੋਣ ਬਣ ਰਿਹਾ ਹੈ ਵੀ ਆਪ ਉੱਤੇ ਦੇਖ ਇਹਦਾ ਮਤਲਬ ਆਪ ਉੱਤੇ ਦੇਖ ਰਹੇ ਆ ਕਿੱਥੇ ਖੜ ਕੇ ਇੱਥੇ ਖੜ ਕੇ ਤਿਹੜਾ ਆਹ ਕੋਣ ਹੈ ਇਹਨੂੰ ਇੰਗਲਿਸ਼ ਕਹਿੰਦੇ ਐਂਗਲ ਆਫ ਐਲੀਵੇਸ਼ਨ ਤੇ ਪੰਜਾਬੀ ਚ ਕਹਿੰਦੇ ਉਚਾਨ ਕੋਣ ਉਚਾਨ ਕੋਣ ਦਾ ਸਿੱਧਾ ਦੇਸੀ ਮਤਲਬ ਇਹ ਹੈ ਕਿ ਉੱਤੇ ਦੇਖਨੇ ਆਪਾਂ ਤਾਂ ਜਿਹੜਾ ਉੱਪਰ ਦੇਖਣ ਨਾਲ ਦੇਖਣ ਕਰਕੇ ਧਰਤੀ ਨਾਲ ਆਪਣਾ ਕੋਣ ਬਣ ਰਿਹਾ ਹੈ ਉਚਾਨ ਕੋਣ ਹੈ ਇਸ ਤੋਂ ਉਲਟ ਮੰਨ ਲਓ ਆ ਇੱਕ ਬਿਲਡਿੰਗ ਹੈ ਇੱਥੇ ਇੱਕ ਕੁੜੀ ਖੜੀ ਹੈ ਕੁੜੀ ਥੱਲੇ ਇੱਥੇ ਕਿਸ ਚੀਜ਼ ਵੱਲ ਦੇਖ ਰਹੀ ਹੈ ਥੱਲੇ ਨੂੰ ਹੁਣ ਲਾ ਆਹ ਕੋਣ ਬਣ ਰਿਹਾ ਏ ਥੱਲੇ ਨੂੰ ਥੱਲੇ ਨੂੰ ਦੇਖਣ ਕਰਕੇ ਕੋਣ ਬਣ ਰਿਹਾ ਏ ਇਹ ਹੈਗਾ ਐਂਗਲ ਆਫ ਡਿਪ੍ਰੈਸ਼ਨ ਗੱਲ ਸਮਝ ਗਏ ਤੇ ਪੰਜਾਬੀ ਜੁਗ ਇਹ ਨਿਵਾਨ ਕੋਣ ਉਚਾਨ ਕੋਣ ਨਿਵਾਨ ਕੋਣ ਇਹ ਦੋਨੇ ਕੋਣ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਕੋਣ ਮਿਤੀ ਦੇ ਕੁਝ ਉਪਯੋਗ ਪੜਾਂਗੇ ਉਦਾਹਰਨਾਂ ਲਈ ਭਾਵੇਂ ਸਟੇਟਮੈਂਟ ਇੰਗਲਿਸ਼ ਚ ਹੋਊ ਪਰ ਮੈਂ ਸਾਰੀ ਸਟੇਟਮੈਂਟ ਪੰਜਾਬੀ ਦੇ ਵਿੱਚ ਵੀ ਕਰਵਾਉਂਗਾ ਤਾਂ ਜੋ ਤੁਹਾਨੂੰ ਹਰ ਗੱਲ ਸਮਝ ਆ ਸਕੇ ਇਹਦੇ ਦੋ ਪਾਰਟਸ ਬਣਾਉਣੇ ਬੈਨਗੇ ਇਸ ਵੀਡੀਓ ਦੇ ਮੈਂ ਪਹਿਲਾ ਪਾਰਟ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹਾਂ ਮੇਰੇ ਕੋਲ ਬੁੱਕ ਨਹੀਂ ਹੈ ਤਾਂ ਬੁੱਕ ਦੀ ਥਾਂ ਤੇ ਮੈਂ ਨੋਟਬੁੱਕ ਤੇ ਕੁਝ ਐਗਜ਼ਾਮਪਲਸ ਨੋਟ ਕੀਤੀਆਂ ਨੇ ਇਹ ਐਗਜ਼ਾਮਪਲਸ ਐਨਸੀਆਰਟੀ ਦੀ ਆਨਲਾਈਨ ਬੁੱਕ ਤੋਂ ਲਈਆਂ ਗਈਆਂ ਨੇ ਪੀਐਸਸੀਬੀ ਦੀ ਵੈਬਸਾਈਟ ਤੋਂ ਆਨਲਾਈਨ ਬੁੱਕ ਡਾਊਨਲੋਡ ਕਰਕੇ ਪਹਿਲੇ ਐਗਜ਼ਾਮਪਲ ਵੱਲ ਆਪਾਂ ਚੱਲਦੇ ਹਾਂ ਪਹਿਲਾ ਐਗਜ਼ਾਮਪਲ ਪੜਾਂਗੇ ਫਿਰ ਉਹਦੀ ਫਿਗਰ ਨਾਲ ਦੀ ਨਾਲ ਡਰਾ ਕਰਦੇ ਜਾਵਾਂਗੇ a tower stand vertical on the ground from a point on the ground which is 50 meter away from the foot of tower ਪਹਿਲਾਂ ਤਾਂ ਇੰਨੀ ਗੱਲ ਸਮਝ ਲਓ ਪਹਿਲਾ ਕੁਐਸਚਨ ਇੱਕ ਟਾਵਰ ਖੜਾ ਹੈ ਗਰਾਊਂਡ ਤੇ ਵਰਟੀਕਲ ਖੜੂ ਟਾਵਰ ਸਿੱਧਾ ਖੜੂਗਾ ਟਾਵਰ ਦੇ ਕੋਈ ਪੁਆਇੰਟ ਹੈ ਧਰਤੀ ਤੇ ਫਰੋਮ ਅ ਪੁਆਇੰਟ ਔਨ ਦਾ ਗਰਾਊਂਡ which is a 50 meter away 15 meter dur hai 50 meter away 15 meter dur hai kiton foot of tower tower da foot tower da foot keda hai tower de pair kede ne tower de pairan to koi point 15 meter dur hai inni gall samajh a gayi inni ditti hai ap aggay fir chalde ha the angle of elevation is found to be 60 degree hun is point to ਉਚਾਣ ਕੋਣ ਐਲੀਵੇਸ਼ਨ ਯਾਨੀ ਕਿ ਉਚਾਣ ਕੋਣ ਉਚਾਣ ਕੋਣ ਕਿੰਨਾ ਬਣੂਗਾ ਹਾਰਾਈਜ਼ਨਟ ਨਾਲ ਬਣੂਗਾ ਉਹ ਕਿੰਨਾ ਹੈ 60 ਡਿਗਰੀ ਹੈ ਠੀਕ ਹੈ ਫਾਈਂਡ ਦਾ ਹਾਈਟ ਆਫ ਟਾਵਰ ਆਪਾਂ ਕੀ ਪਤਾ ਕਰਨੀ ਹੈ ਆ ਜਿਹੜੀ ਹਾਈਟ ਹੈ ਇਹ ਪਤਾ ਕਰਨੀ ਹੈ ਇਹ ਆਪਾਂ ਮੰਨ ਲਈ ਐਚ ਮੀਟਰ ਮੰਨ ਲਓ ਆਪਣੇ ਵੱਲ ਜੋ ਮਰਜ਼ੀ ਮੰਨ ਲਓ ਵੀ ਐਚ ਮੀਟਰ ਇਹ ਹਾਈਟ ਹੈ ਜਿਹੜੀ ਕੀ ਨਹੀਂ ਪਤਾ ਉਹ ਮੰਨ ਲੈਣੇ ਹੁੰਦੇ ਆਪਾਂ ਪਹਿਲਾਂ ਹੀ ਪਤਾ ਹੈ ਕਿ ਇਹ ਚੀਜ਼ ਆਪ ਨੂੰ ਪਹਿਲਾਂ ਹੀ ਪਤਾ ਹੈ ਕਿ ਆ ਤੇ ਆ ਕਿੰਨਾ ਹੈ 50 ਮੀਟਰ ਹੈ ਤਾਂ ਕੋਣ ਦਾ ਨਾਮ ਦੇ ਦਿਓ ਕੁਐਸਚਨ ਕਰਨਾ ਸੌਖਾ ਹੋ ਜੂ ਇਹਨੂੰ A ਮੰਨ ਲਓ ਇਹਨੂੰ B ਮੰਨ ਲਓ ਇਹਨੂੰ C ਮੰਨ ਲਓ ਤੁਹਾਡੀ ਮਰਜ਼ੀ ਨਾਮ ਦੇ ਮਰਜ਼ੀ ਦੇਣੇ ਆ ਆ ਬਿੰਦੂ A ਆ B ਆ C ਹੈ ਇਹ ਆ ਐਂਗਲ ਦੇ ਸਾਹਮਣੇ ਵਾਲਾ ਭੁਜਾ ਅਪੋਜ਼ਿਟ ਸਾਈਡ ਹੋਗੀ ਜਾਨੀ ਜਿਹਨੂੰ ਅਪਾ ਦੇਸੀ ਭਾਸ਼ੇ ਪਰਪੈਂਡੀਕੂਲਰ ਕਹਿ ਲੈਂਦੇ ਆ ਜਾਂ ਲੰਬ ਕਹਿ ਲੈਂਦੇ ਆ ਆ ਥੱਲੇ ਆਧਾਰ ਜਾਂ ਬੇਸ ਵੀ ਕਹਿ ਲੈਂਦੇ ਆ ਪਰ ਬੇਸਿਕਲੀ ਕੀ ਹੈ ਇਹ ਐਡਜਸੈਂਟ ਸਾਈਡ ਹੈ ਲਾਗਵੀ ਭੁਜਾ ਤੇ ਆ ਆਪਣਾ ਕਰਨਾ ਹਾਈਪੋਟਨਿਊਸ ਹੈ ਇਹ ਪ੍ਰਾਣਾ ਕੁਐਸਚਨ ਬਣ ਗਿਆ ਹੁਣ ਆਪਾਂ ਨੂੰ ਆਹਾ ਪਤਾ ਹੈ ਆ ਆਪਾਂ ਪਤਾ ਕਰਨਾ ਹੈ ਹੁਣ ਜੇ ਆਪਾਂ H 15 ਕਰ ਦਈਏ ਯਾਨੀ BC AB ਕਰ ਦਈਏ BC AB ਇਨ ਟ੍ਰਾਇੰਗਲ ABC ਇਸ ABC ਤਿਕੋਣ ਦੇ ਵਿੱਚ BC ਕੀ ਹੈ ਲੰਬ ਹੈ AB ਆਧਾਰ ਹੈ ਇਹ ਕਿਹਦੇ ਕੋਲ ਹੋਊਗਾ tan 60 ਡਿਗਰੀ ਕਿਉਂਕਿ tan θ ਕੀ ਹੁੰਦਾ ਹੈ ਪਰਪੈਂਡੀਕੂਲਰ ਅਪਨ ਬੇਸ ਹੁੰਦਾ ਹੈ ਲੰਬ ਵਟਾ ਪਰਪੈਂਡੀਕੂਲਰ ਅਪਨ ਹਾਈਟ ਰਿਵਾਈਜ਼ ਕਰਾਣਾ sin θ ਬੇਸ ਪਾਉਣ ਬੇਸ ਅਪਨ ਹਾਈਪੋਟੈਨਿਊਸ cos θ ਪਰਪੈਂਡੀਕੂਲਰ ਅਪਨ ਬੇਸ tan θ ਹੁਣ BC ਕਿੰਨਾ ਹੈ BC ਤਾਂ ਆਪ ਨੂੰ ਪਤਾ ਹੀ ਨਹੀਂ ਤਾਂ ਆਪ ਨੂੰ ਪਤਾ ਉਹ ਤਾਂ ਆਪਾਂ h ਮੰਨਿਆ ਹੋਇਆ ਹੈ AB ਕਿੰਨਾ ਹੈ AB ਹੈ 15 tan 60 ਹੁਣ ਟੇਬਲ ਵੈਸੇ ਤੁਹਾਡੇ ਯਾਦ ਹੋਊਗਾ ਕਿ ਆਪਾਂ ਸਾਈਨ ਦਾ ਬਹਰਾਲ ਨੇ ਜੇ ਨਹੀਂ ਯਾਦ ਤਾਂ ਬਹੁਤ ਹੀ ਸੌਖਾ ਬਣ ਜਾਂਦਾ ਹੈ ਸਾਈਨ ਦੇ ਅੰਦਰ 0 1 2 3 4 ਆਪ 0 ਡਿਗਰੀ 30 ਡਿਗਰੀ 45 ਡਿਗਰੀ 60 ਡਿਗਰੀ ਇਹਦੇ ਵਟਾ 4 ਲਾਤਾ ਇਹਨੂੰ ਅੰਡਰੂਟ ਲੈ ਲਿਆ 1 ਹੀ ਬਣ ਗਿਆ ਅੰਡਰੂਟ 3/2 tan sin 60 ਅੰਡਰੂਟ 3/2 ਹੁੰਦਾ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਵੈਲਿਊ ਅੰਡਰੂਟ 3 ਆਊਗੀ ਪਰ ਮੈਂ ਤੁਹਾਨੂੰ ਰਿਵਾਈਜ਼ ਕਰਾਉਣ ਲਈ ਕਰ ਰਿਹਾ ਹਾਂ 4 3 2 1 इजीली इन जल्दी ना तू ऐसे 1 रिवाइज कर इसੇ ਬਟਾ ਫੋਰਮ ਆਇਆ ਇਹ ਆ ਗਿਆ 1/2 cos ਆ ਗਿਆ 1/2 sin/cos ਕਿੰਦਾ tan ਹੁੰਦਾ 1/2 ਨੂੰ ਜਦੋਂ ਅੰਡਰਟੈਨ 1/2 ਨੂੰ 1/2 ਨਾਲ ਵੰਡਾਂਗੇ ਇਹ ਉਲਟ ਜਾਊਗਾ ਉੱਤੇ 2/1 ਹੋ ਜੂ ਅੰਡਰਟੈਨ 3/2 ਨੂੰ ਵੰਡਾਂਗੇ ਇਹ 2/1 ਹੋ ਜਾਊਗਾ ਤਾਂ ਆਨਸਰ ਆਇਆ ਇਹਨਾਂ ਅੰਡਰਟੈਨ ਤਾਂ tan 60 ਕਿੰਨਾ ਦਾ ਅੰਡਰਟੈਨ 3 ਤਾਂ h ਕਿ ਹੋਊਗਾ h will be ਆ 15 ਡਿਵਾਈਡ ਹੈ ਇਧਰ ਆ ਕੇ ਮਲਟੀਪਲਾਈ ਹੋ ਜਾਊਗਾ 1 √3 ਨਾਲ ਮਲਟੀਪਲਾਈ ਕਰਾਂਗੇ ਤਾਂ ਇਹਨੂੰ 1.73 ਆਨਸਰ ਹੈ ਆਨਸਰ 15 √3 ਮੀਟਰ ਵੀ ਲਿਖ ਸਕਦੇ ਹੋ ਤੁਸੀਂ ਜੇ ਤੁਸੀਂ ਆਨਸਰ ਲਿਖਤਾ ਕਿ ਹਾਈਟ ਕਿੰਨੀ ਹੈ 15 √3 ਮੀਟਰ ਇਹ ਜੇ ਇਹ ਉੱਤਰ ਲਿਖਤਾ ਠੀਕ ਹੈ ਇਹ ਟਾਵਰ ਦੀ ਹਾਈਟ ਹੋ ਜਾਊਗੀ ਪਰ ਜੇ ਤੁਸੀਂ ਅੱਗੇ ਐਕਸਪੈਂਡ ਕਰਨਾ ਤਾਂ ਆਪਾਂ ਐਚ ਦੀ ਵੈਲਿਊ ਲੈਣਨੇ ਆ ਸੌਰੀ ਅੰਡਰੂਟ 3 ਦੀ ਵੈਲਿਊ ਲੈਣਨਾ 1.732 ਤੇ ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਇਹ ਆਲਮੋਸਟ 25.9 ਮੀਟਰ ਆ ਜਾਊਗਾ ਇਹ ਮੇਰਾ ਅੰਦਾਜ਼ਾ ਜ ਹੈ ਮਤਲਬ ਮੈਂ ਇੱਕ ਮोटा ਅੰਦਾਜ਼ਾ ਲਗਾਇਆ ਜਿਹੜਾ ਕਿ ਮੈਨੂੰ ਯਾਦ ਸੀਗਾ ਤੇ ਇਹ ਕੈਲਕੂਲੇਸ਼ਨ ਤੁਸੀਂ ਆਪ ਵੀ ਚੈੱਕ ਕਰ ਲੈਣੀ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਆਪਾਂ ਨੈਕਸਟ ਕੁਐਸਚਨ ਕੀ ਹੈ ਐਨ ਇਲੈਕਟ੍ਰੀਸ਼ੀਅਨ ਹੈਜ਼ ਟੂ ਰਿਪੇਅਰ ਐਨ ਇਲੈਕਟ੍ਰਿਕ ਫਾਲਟ ਔਨ ਅ ਪੋਲ ਆਫ 5 ਮੀਟਰ ਇੱਕ ਮਨ ਲਓ ਕੁਐਸਚਨ ਨੰਬਰ 2 ਲੈ ਲੈਂਦੇ ਆ ਇੱਕ ਇਲੈਕਟ੍ਰਿਕ ਬਿਜਲੀ ਵਾਲਾ ਖੰਭਾ ਇਲੈਕਟ੍ਰਿਕ ਪੋਲ ਹੈ ਜਿਹੜਾ ਕਿੰਨਾ ਉੱਚਾ ਹੈ ਉਹ 5 ਮੀਟਰ ਉੱਚਾ ਹੈ ਇੱਥੋਂ ਲੈ ਕੇ ਆ ਮੰਨ ਲਓ ਆਹ A ਹੈ ਆਹ ले D ਹੈ ਇਥੋਂ ਲੈ ਕੇ ਇੱਥੇ ਤੱਕ ਏ ડી ਹੈ ਜਿਹੜਾ ਉਹ 5 ਮੀਟਰ ਹੈ ਇੰਨੀ ਗੱਲ ਸਮਝ ਆ ਗਈ ਅੱਗੇ ਚੱਲਦੇ ਹਾਂ ਹੀ ਨੀਡਸ ਟੂ ਰੀਚ ਅ ਪੁਆਇੰਟ 1.3 ਮੀਟਰ ਬਿਲੋ ਦਾ ਪੋਲ ਟਾਪ ਆਫ ਪੋਲ ਟੂ ਅੰਡਰਟੇਕ ਦਾ ਰਿਪੇਅਰ ਵਰਕ ਇਹ ਪੰਜਾਬੀ ਕਰਦਾ ਉਹਨੇ ਜਿਹੜਾ ਟਾਪ ਹੈ ਉਹਦੋਂ 1.3 ਮੀਟਰ ਥੱਲੇ ਯਾਨੀ ਆਹ ਜਿਹੜਾ ਆ ਇੰਨਾ ਕੁ ਰਹਿ ਗਿਆ 1.3 ਮੀਟਰ ਰਹਿ ਗਿਆ ਇੱਥੇ ਪਹੁੰਚਣਾ ਹੈ ਕੀ ਕਰਨ ਲਈ ਆ ਬਿਜਲੀ ਠੀਕ ਕਰਨ ਲਈ ਹੁਣ ਇੱਥੇ ਕਿਉਂ ਨਹੀਂ ਪਹੁੰਚਦਾ ਇੱਥੇ ਬਿਜਲੀ ਦੇਣੇ ਤਾਰਾਂ ਨੇ ਚੰਬੜ ਜੂਗਾ ਇਹ ਤਾਂ ਕਰਕੇ ਇੱਥੇ ਤੱਕ ਹੀ ਹੋਊਗਾ ਖੰਭਾ ਕਰੇ ਬਿਜਲੀ ਠੀਕ ਕਰਦੇ ਦੇਖਿਆ ਤੁਸੀਂ ਜਮ ਤੁਰ ਤਾਰਾਂ ਨਾਲ ਥੋੜੀ ਪੌੜੀ ਲਾਉਂਦਾ ਪੌੜੀ ਤਾਂ ਇੱਥੇ ਲੱਗੂਗੀ ਨਾ ਇੱਥੇ ਤੱਕ ਪਹੁੰਚੂਗਾ ਇਦੋਂ ਅੱਗੇ ਵੀ ਇੱਥੇ ਪਹੁੰਚਣਾ ਔਨੇ 1.3 ਮੀਟਰ ਥੱਲੇ ਗੱਲ ਸਾਫ ਚ ਆ ਗਈ ਤਾਂ ਇਹਨੂੰ ਮੰਨ ਲਓ ਆਪਣਾ ਬੀ ਤਾਂ ਬੀ ਡੀ ਕਿੰਨਾ ਰਹਿ ਗਿਆ ਆਪਾਂ ਸਾਰੀ ਗੱਲ ਨਾਲ ਦੀ ਨਾਲ ਹੀ ਸੋਲਵ ਕਰਦੇ ਰਹਿੰਨੇ ਆ ਟੋਟਲ ਅਸੀਂ 5 ਮੀਟਰ ਉਹ ਚੋਂ 1.3 ਘਟਾ ਦਈਏ ਤਾਂ 5 ਚੋਂ 1.3 ਘਟਾਣਗੇ 3.7 ਮੀਟਰ ਕੀ ਆ ਗਿਆ BD ਆ ਗਿਆ ਗੱਲ ਸਮਝ ਆ ਗਈ BD 3.7 ਮੀਟਰ ਅੱਗੇ ਚੱਲਦੇ ਆ ਵਾਟ ਸ਼ੁਡ ਬੀ ਦਾ ਲੈਂਥ ਆਫ ਦਾ ਲੈਦਰ ਹੀ ਸ਼ੁਡ ਯੂਜ਼ ਵਿਚ ਇਨਕਲਾਈਨਡ ਐਟ ਐਂਗਲ ਆਫ 60 ਡਿਗਰੀ ਫ੍ਰੋਮ ਦਾ ਹਾਰੀਜ਼ਨਟਲ ਕਹਿੰਦਾ ਹਰੀਜ਼ਨਟਲ ਜਾਨੀ ਗਰਾਊਂਡ ਤੇ ਉਹਨੇ ਇੱਕ ਪੌੜੀ ਲਗਾਈ ਕਿੰਨੇ ਡਿਗਰੀ ਤੇ ਲਾਈ 60 ਡਿਗਰੀ ਤੇ ਲਾਈ ਕਿ ਪੌੜੀ ਵਾਟ ਸ਼ੁਡ ਬੀ ਦਾ ਲੈਂਥ ਆਫ ਲੈਟਰ ਇਹ ਲੈਟਰ ਪੌੜੀ ਨੂੰ ਲੈਟਰ ਕਹਿੰਦੇ ਆ ਲੈਟਰ ਹੈ ਤੁਹਾਡੀ ਇਸ ਪੌੜੀ ਦੀ ਲੈਂਥ ਕੀ ਹੋਊਗੀ ਜਾਨੀ ਆਪਾਂ ਬਹੁਤ ਰਾਈਟ ਐਂਗਲ ਟ੍ਰਾਇੰਗਲ ਬਣ ਗਈ ਜੀ ਬੀਡੀ ਕਿੰਨਾ 3.7 ਆਪਾਂ ਕੱਢ ਲਿਆ ਆਪਾਂ ਕਹਿਣਾ ਕਿ ਪੌੜੀ ਦੀ ਉਚਾਈ ਕਿੰਨੀ ਹੋਵੇ ਜਦੋਂ ਆ ਐਂਗਲ ਕਿੰਨਾ 60 ਡਿਗਰੀ ਦਾ ਕੁਐਸਚਨ ਬਹੁਤ ਈਜ਼ੀ ਹੋ ਗਿਆ ਚਲੋ ਬਟ ਅੱਗੇ ਚੱਲਦੇ ਆਪਾਂ ਐਂਡ ਹਾਉ ਫਰਮ ਦਾ ਫੁੱਟ ਆਫ ਦਾ ਪੋਲ ਹੀ ਸ਼ੁਡ ਪਲੇਸ ਦਾ ਲੈਡਰ ਦਾ ਫੁੱਟ ਆਫ ਲੈਡਰ ਪੋਲ ਦੇ ਫੁੱਟ ਤੋਂ ਕਿੰਨੀ ਦੂਰ ਪੌੜੀ ਦੇ ਪੈਰ ਹੋਣ ਜਾਨੀ ਆਹ ਚੀਜ਼ ਵੀ ਆਪਾਂ ਪਤਾ ਕਰਨੀ ਹੈ ਇਹ ਆਪਾਂ ਮੰਨ ਲਿਆ ਸੀ ਹੁਣ ਇੱਕ ਤਾਂ ਆਪਾਂ ਡੀ ਸੀ ਪਤਾ ਕਰਨਾ ਹੈ ਜਾਨੀ ਪੌੜੀ ਤੋਂ ਕਿੰਨੀ ਦੂਰ ਹੈ ਇੱਕ ਆਪਾਂ BC ਪਤਾ ਕਰਨਾ ਹੈ ਪਹਿਲਾਂ BC ਲਈ ਆਪਾਂ ਦੇਖਾਂਗੇ ਐਂਗਲ 60 ਡਿਗਰੀ ਹੈ ਆਪਣੇ ਕੋਲ ਹੁੰਦਾ ਪਰਪੈਂਡੀਕੂਲਰ ਆਪਾਂ on ਹਾਈਪੋਟੈਨਿਊਸ ਪਰਪੈਂਡੀਕੂਲਰ ਆਪਾਂ on ਹਾਈਪੋਟੈਨਿਊਸ ਕੀ ਹੁੰਦਾ ਹੈ sin θ ਪਰਪੈਂਡੀਕੂਲਰ ਪਾਉਨ ਹਾਈਪੋਟੈਨਿਊਸ ਕੀ ਹੁੰਦਾ ਹੈ sin θ ਆਪਾਂ ਕੀ ਲੈ ਲਾਂਗੇ ਪਰਪੈਂਡੀਕੂਲਰ ਹੈਗਾ BD ਹਾਈਪੋਟੈਨਿਊਸ ਹੈ BC sin 60° degree. b dikne 3.7 hai 3.7 bc we don't know inu x man lo jo marzi man lo ve x hai e x hai sanno nahi pata ve kinna hai apa x man leya sin 60 apa piche table thoni bana ke likha hai ke under 3/2 houga hun hona ki hai 3.7 di under 3x ho jua ਇਹ ਗੁਣਾ ਇਹਦੇ ਨਾਲ ਹੋ ਜੂਗੀ ਕ੍ਰੋਸ ਮਲਟੀਪਲੀਕੇਸ਼ਨ ਹੋ ਜਾਂਦੀ ਐਸੇ ਜਿਹੇ ਕੇਸ 'ਚ 3.7 ਦੀ ਗੁਣਾ 2 ਨਾਲ ਹੋ ਜੂਗੀ x ਇਧਰ ਜਾ ਕੇ ਡਿਵਾਈਡ ਹੋ ਜੂਗਾ ਸੋਰੀ ਅੰਡਰ √3 ਦੇ ਆ ਕੇ ਡਿਵਾਈਡ ਹੋ ਜੂ 3.7 2 √3 ਕੈਲਕੂਲੇਸ਼ਨ ਦੇ ਵਿੱਚ ਬਾਲਾ ਟਾਈਮ ਖਰਾਬ ਨਹੀਂ ਕਰਨਾ ਤੁਸੀਂ ਚੈੱਕ ਕਰ ਲਿਓ ਮੇਰੇ ਮੁਤਾਬਕ 4.2 4.28 ਮੀਟਰ 3.7 ਨੂੰ 37.74 ਇਹ ਬਣ ਜੂਗਾ 37.74 ਜਾਨੀ 7.4 ਨੂੰ ਆਪਾਂ ਡਿਵਾਈਡ ਕਰਾਂਗੇ 1.700 32 ਨਾਲ ਤਾਂ ਇਹ 4.28 ਮੀਟਰ ਕੀ ਆਜੂਗੀ ਪੌੜੀ ਦੀ ਹਾਈਟ ਆਜੂਗੀ ਨੈਕਸਟ ਆਪਾਂ ਆ ਚੀਜ਼ ਵੀ ਕੱਢਣੀ ਹੈ ਹੁਣ ਭਾਵੇਂ ਹੁਣ ਆ ਵੀ ਪਤਾ ਲੱਗ ਗਈ ਏਕ ਨੇ ਲੱਗ ਗਈ ਆਪਣੀ 4.28 ਆਪਣੀ ਆ ਵੀ ਪਤਾ ਲੱਗ ਗਈ ਕਰੋਗੀ ਜਿਹੜੀ ਜਿਹੜੀ ਐਮ ਐਚ ਮੰਨ ਲਓ एच अपा यानी डीसी पा बी डी हम डीसी की है आधार बी डी की है लंब यह होगा कि आधार लंब बड़ा आधार टैन सीटा का आधार बड़ा लंब बेस बटा परपेंडिकुलर अडजस्टेंट साइड अपा ऑपोजिट साइड इज इक्वल टू cot 60 degree tan 60 ਕਿੰਨਾ ਸੀਗਾ अंडर 3 ਆਪਾਂ ਪਿੱਛੇ ਵੜ ਕੇ ਆਏ ਆ cot tan ਦਾ ਕੀ ਹੋਊਗਾ ਉਲਟ ਹੋਊਗਾ ਤਾਂ ਇਹ ਕੀ ਹੋ ਜਾਣਾ ਹੈ ਇਹ ਬਣ ਜਾਣਾ 1/ अंडर 3 3.7 ਇੱਥੇ ਡਿਵਾਈਡ ਹੈ ਉਧਰ ਆ ਕਿ ਮਲਟੀਪਲਾਈ ਹੋ ਜੂ 1 ਨੂੰ 3.7 ਨਾਲ ਮਲਟੀਪਲਾਈ ਕਰਾਂਗੇ 3.7 ਇਹ ਹੋ ਜੂ 1.732 ਡਿਵਾਈਡ ਕਰਕੇ ਲਗਭਗ 2.14 ਮੀਟਰ ਆ ਜਾਊਗਾ ਇਹ ਕੈਲਕੂਲੇਸ਼ਨ ਤੁਸੀਂ ਆਪ ਕਰਨੀ ਹੈ ਕੈਲਕੂਲੇਟਰ ਤੇ ਹੀ ਨਹੀਂ ਕਰਨੀ ਆਪਣੇ ਆਪ ਕਰਨੀ ਹੈ ਕਿਉਂਕਿ ਕੈਲਕੂਲੇਟਰ ਦਾ ਆਦੀ ਤੁਸੀਂ ਨਹੀਂ ਹੋਣਾ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਐਨ ਅਬਜ਼ਰਵਰ 1.5 ਮੀਟਰ ਟਾਲ ਇਜ਼ 28.5 ਮੀਟਰ ਅਵੇ ਫਰੋਮ ਅ ਚਿਮਨੀ ਤੁਮ ਪਹਿਲਾਂ ਇਹ ਗੱਲ ਦੇਖੋ ਇੱਕ ਅਬਜ਼ਰਵਰ ਹੈ ਅਬਜ਼ਰਵ ਜਾਨੀ ਕੋਈ ਬੰਦਾ ਹੀ ਹੋ ਜਿਹੜਾ ਅਬਜ਼ਰਵ ਕਰੂਗਾ ਜਿਹੜਾ ਨਿਗਾਹ ਰੱਖਦਾ ਕਿਸੇ ਚੀਜ਼ ਦਾ ਅਬਜ਼ਰਵ ਕਰਨਾ ਕਿਸੇ ਚੀਜ਼ ਦੀ ਦੇਖਭਾਲ ਕਰਨਾ ਨਿਗਾਹ ਰੱਖਣੀ ਉਹ ਕਿਸੇ ਚਿਮਨੀ ਹੈ ਆ ਚਿਮਨੀ ਇੱਥੇ ਚਿਮਨੀ ਖੜੀ ਆ ਆ ਚਿਮਨੀ ਖੜੀ ਹੈ ਇਹ ਤਾਂ ਕਿੰਨਾ ਦੂਰ ਹੈ ਇੱਕ ਤਾਂ ਦੋ ਗਲਾਸੀਆਂ 28.5 ਮੀਟਰ ਤਾਂ ਦੂਰ ਹੈ ਇਹ ਤੋਂ ਠੀਕ ਹੈ ਇਹ ਆਪ ਦਾ ਇਹ ਕੱਦ ਵੀ ਹੈ ਇਹਦਾ ਕੱਦ ਕਿੰਨਾ ਹੈ 1.5 ਮੀਟਰ 1.5 ਮੀਟਰ ਲਗਭਗ ਤਿੰਨਕ ਫੁੱਟ ਆਪਾ ਮੰਨ ਕੇ ਚੱਲ ਪੈਨੇ ਆ ਐਨਾਂ ਕ ਇਹਦਾ ਖੱਦਾ 1.5 ਮੀਟਰ ਦੇ ਨਾਲ ਗੁਣਾ ਕਰ ਲਓ ਬਾਕੀ ਐਕਿਊਰੇਟ ਨਹੀਂ ਚਲੋ ਆਪਾਂ ਅੰਦਾਜ਼ਾ ਲੈ ਲਵੀ 1.5 ਮੀਟਰਾਂ 'ਚ ਕੱਦ ਦਿੱਤਾ ਹੋਇਆ ਆਪਾਂ ਨੂੰ ਇਹਦੀ ਹਾਈਟ 1.5 ਮੀਟਰ ਹੈ ਕਿਹਦੀ ਅਬਜ਼ਰਵਰ ਦੀ ਹਾਈਟ 1.5 ਮੀਟਰ ਹੈ ਇਹ ਕਿੰਨਾ ਦੂਰ ਹੈ ਕਿਤੋਂ ਚਿਮਨੀ ਤੋਂ ਉਹ ਹੈ 28.5 ਮੀਟਰ ਇਹ ਦੋਨੇ ਗੱਲਾਂ ਸਮਝ ਆ ਗਈਆਂ ਅੱਗੇ ਚੱਲਦੇ ਆਂ ਦਾ ਐਂਗਲ ऑफ एलिवेशन ऑफ द टॉप ऑफ चिमनी फ्रॉम हर आई हर मतलब ਕੋਈ ਲੜਕੀ ਐ অবজারভার ਹੈ ਜਿਹੜੀ ਉਸ ਦੀ ਅੱਖ ਤੋਂ ਐਂਗਲ ਆਫ एलिवेशन ਉਚਾਨ ਕੋਣ ਹੈ ਜਿਹੜਾ ਇਹਦੇ ਨਾਲ ਟਾਪ ਆਫ ਚਿਮਨੀ ਨਾਲ ਚਿਮਨੀ ਦੇ ਉੱਪਰ ਜਿਹੜਾ ਸਿਖਰ ਹੈ ਉਹਦੇ ਨਾਲ ਚਿਮਨੀ ਦੇ ਸਿਖਰ ਤੇ ਉਸ ਦੀ ਅੱਖ ਤੋਂ ਜਿਹੜਾ ਉਚਾਨ ਕੋਣ ਬਣਦਾ ਹੈ ਉਹ ਕਿੰਨਾ ਹੈ 45 ਡਿਗਰੀ ਹੈ ਇੱਥੋਂ ਆ ਇਹਦੀ ਅੱਖ ਹੈ ਇਹਨੇ ਤਾਂ ਆ ਦੇਖਿਆ ਤਾਂ ਇਹਦਾ ਕੋਣ ਆ ਬੇਸ ਅੱਡ ਲੈਣਾ ਬੂ ਇੱਥੇ ਜਾ ਕੇ ਕਿੰਨਾ ਬਣ ਗਿਆ 45 ਡਿਗਰੀ ਬਣ ਗਿਆ ਦੂਜੀ ਗੱਲ ਹੋ ਗਈ ਠੀਕ ਹੈ ਵਾਟ ਇਜ਼ ਦਾ ਹਾਈਟ ਆਫ ਚਿਮਨੀ ਆਪਾਂ ਚਿਮਨੀ ਦੀ ਹਾਈਟ ਕੱਢਣੀ ਹੈ ਹੁਣ ਦੇਖੋ ਇੱਥੇ ਤੱਕ ਆਪਾਂ ਨੂੰ ਹਾਈਟ ਪਤਾ ਹੀ ਹੈ ਕਿਉਂਕਿ 1.5 ਤਾਂ ਇੱਥੇ ਤੱਕ ਤਾਂ 1.5 ਹੋਊਗੀ ਇਹਦੇ ਉੱਤੇ ਹਾਈਟ ਆਪਾਂ ਕੀ ਮੰਨ ਲਈ x ਮੰਨ ਲਈ ਇਹਨੂੰ ਦਿੱਤਾ ਆਪਾਂ a b c ਆਪਾਂ d ਮੰਨ ਲਿਆ ਆ e ਮੰਨ ਲਿਆ ਹੁਣ ਜਾਨੀ ਕਿ b e ਤੇ d ਕਿਉਂਕਿ dc ਦਾ ਆਪਾਂ ਨੂੰ ਪਹਿਲਾਂ ਹੀ ਗਿਵਨ ਸੀਗਾ ਕਿੰਨਾ ਕਿਵੇਂ ਸੀ 1.5 ਮੀਟਰ ਜੇ ਡੀਸੀ 1.5 ਹੈ ਤਾਂ ਬੀ ਵੀ ਕੀ ਹੋਊਗਾ 1.5 ਮੀਟਰ ਲੈਟ ਏ ਈ ਆਪਾਂ ਏ ਈ ਆਪਣੇ ਵੱਲੋਂ ਮੰਨ ਲਿਆ ਕਿ x ਮੀਟਰ ਹੈ ਹਾਈਟ ਆਫ ਟਾਵਰ ਯਾਨੀ ਏ ਬੀ ਉਹ ਕੀ ਹੋਊਗਾ ਏ ਈ ਪਲੱਸ ਬੀ ਈ ਏ ਇਹ ਆਪਾਂ x ਮੰਨਿਆ BE ਕਿੰਨਾ ਮੰਨੇ 1.5 ਮੀਟਰ 1.5 ਮੀਟਰ ਇੰਨਾ x 1.5 ਮੀਟਰ ਇਹ ਆਪਣੀ ਹਾਈਟ ਆ ਗਈ ਪਰ x ਦਾ ਚਾਹੀਦਾ ਹੈ ਨਾ ਜਿਹੜਾ ਜਦੋਂ ਤੱਕ ਆਪਾਂ ਨੂੰ x ਨਹੀਂ ਪਤਾ ਲੱਗਦਾ ਤਾਂ ਹਾਈਟ ਕਿਵੇਂ ਪਤਾ ਲੱਗੂਗੀ ਹੁਣ ਆਪਾਂ ਤਕੋਣ ਕਿਹੜੀ ਵਰਤ ਸਕਦੇ ਆਪਾਂ ਤਕੋਣ ਵਰਤ ਸਕਦੇ ਆ D E ਕਿਉਂਕਿ ਇਹ ਤਾਂ ਹੋਰ ਚੀਜ਼ ਬਣ ਗਈ ਪਰ DE ਕੀ ਹੋਊਗਾ DE ਕੀ ਹੋਊਗਾ DE ਤੇ BC ਇੱਕੋ ਹੀ ਗੱਲ ਹੋਊਗੀ ਕਿਉਂਕਿ ਆਹ ਤੇ ਆਹ ਤਾਂ ਇੱਕੋ ਹੀ ਗੱਲ ਹੈ ਤੇ ਇਹ ਕਿੰਨਾ 28.5 ਮੀਟਰ DE ਦਾ ਹੀ ਪਤਾ ਲੱਗ ਗਿਆ ਆਪਾਂ ਨੂੰ ਕੜਨਾ ਕੀ ਹੈ ਹੁਣ ਆਪਾਂ ਕੋਲ ਆਧਾਰ ਹੈਗਾ ਪਤਾ ਕੀ ਕਰਨਾ ਹੈ ਪਰ ਲੰਬ ਪਤਾ ਕਰਨਾ ਹੈ ਤਾਂ ਆਧਾਰ ਲੰਬ ਲਾ ਦੋ ਆਧਾਰ ਹੈਗਾ DE ਆਧਾਰ ਯਾਨੀ ਬੇਸ अपॉन ਪਰਪੈਂਡੀਕੂਲਰ ਅਡਜਸਨ ਸਾਈਡ अपॉन ਆਪੋ ਦੇਟ ਸਾਈਡ ਆਪਾਂ on x tan ਸੌਰੀ ਉਹਦਾ cot 45 ਡਿਗਰੀ DE ਹੈ ਕਿ 28.5 x cot 45 ਕਿੰਦਾ 1 ਹੁੰਦਾ tan 45 ਵੀ 1 ਹੁੰਦਾ cot 45 ਵੀ 1 ਹੁੰਦਾ ਇਹਦਾ ਮਤਲਬ x ਕਿੰਨਾ ਆ ਗਿਆ ਇਹ ਇਧਰ ਆ ਕੇ x 1 ਨਾਲ ਗੁਣਾ ਹੋ ਗਿਆ 28.5 ਮੀਟਰ ਇਹ ਤਾਂ x ਹੈ ਏ ਵੀ ਕਿੰਨਾ ਹੋਊਗਾ ਸਾਰੀ ਹਾਈਟ ਕਿੰਨੀ ਹੋਊਗੀ ਹਾਈਟ ਆਫ ਟਾਵਰ ਕੀ ਹੋਗੀ ਹਾਈਟ ਆਫ ਟਾਵਰ ਬੇਟਾ ਕੀ ਹੋਣੀ ਹੈ ਉਹ ਏ ਈ ਦੇ ਵਿੱਚ ਏ ਏ ਈ ਆ ਗਿਆ ਆਪਣੇ ਕੋਲ x ਆ ਗਿਆ ਉਹਦੇ ਵਿੱਚ 1.5 ਜੋੜਨਾ ਹੈ ਆਪਾਂ ਤਾਂ 28.5 ਦੇ ਵਿੱਚ ਜਾਨੇ 28.5 ਦੇ ਵਿੱਚ 1.5 ਜੋੜਤਾ ਦੇਸੀ ਭਾਸ਼ਾ ਸਮਝਿਆ ਕਰੋ ਇਹ 28.5 ਹੈ ਪੁਆਇੰਟ 5 ਇਹ 1.5 ਹੈ ਤਾਂ ਕਿੰਨਾ ਹੋ ਜੂਗਾ 30 ਮੀਟਰ ਕੀ ਆ ਜੂ ਹਾਈਟ ਆਫ ਟਾਵਰ ਆ ਜੂ ਅੱਗੇ ਚੱਲਦੇ ਆ ਆਹ ਸਟੇਟਮੈਂਟ ਸਮਝੋ ਫਰੋਮ ਅ ਪੁਆਇੰਟ ਪੀ ਔਨ ਦਾ ਗਰਾਊਂਡ ਕਿਸੇ ਗਰਾਊਂਡ ਤੇ ਕੋਈ ਪੁਆਇੰਟ ਪੀ ਹੈ ਮੈਂ ਤਸਵੀਰ ਬਾਅਦ ਚ ਬਣਾਉਣਾ ਦਾ ਐਂਗਲ ਆਫ ਦਾ ਐਲੀਵੇਸ਼ਨ ਆਫ ਦਾ ਟਾਪ ਆਫ ਅ 10 ਮੀਟਰ ਟਾਲ ਬਿਲਡਿੰਗ ਇੱਕ 10 ਮੀਟਰ ਉੱਚੀ ਬਿਲਡਿੰਗ ਹੈ ਉਹਦਾ ਜਿਹੜਾ ਉਚਾਨ ਕੋਣ ਹੈ ਐਂਗਲ ਆਫ ਐਲੀਵੇਸ਼ਨ ਹੈ ਉਹ 30 ਡਿਗਰੀ ਹੈ ਕਿਤੋਂ ਪੁਆਇੰਟ ਪੀ ਤੋਂ ਠੀਕ ਹੈ ਚਲੋ ਪਹਿਲਾਂ ਇੰਨੀ ਕੀ ਗੱਲ ਸਮਝ ਲਓ ਇੱਕ ਬਿਲਡਿੰਗ ਹੈ ਕਿੰਨੀ ਉੱਚੀ ਹੈ 10 ਮੀਟਰ ਉੱਚੀ ਹੈ ਆਹ ਕੋਈ ਪੁਆਇੰਟ ਪੀ ਹੈ ਇੱਥੋਂ ਐਂਗਲ ਕਿੰਨਾ ਬਣ ਗਿਆ 30 ਡਿਗਰੀ ਬਣ ਗਿਆ ਕਿਸੇ ਪੁਆਇੰਟ ਪੀ ਤੋਂ ਇੰਨੀ ਕੀ ਗੱਲ ਦੱਸੀ ਹੈ ਅੱਗੇ ਚੱਲਦੇ ਹਾਂ ਆ ਫਲੈਗ ਇਜ਼ ਹੋਸਟਡ ਔਨ ਦਾ ਟਾਪ ਆਫ ਬਿਲਡਿੰਗ ਐਂਡ ਐਂਗਲ ਆਫ ਐਲੀਵੇਸ਼ਨ ਆਫ ਦਾ ਟਾਪ ਆਫ ਦਾ ਫਲੈਗ ਫਰਮ ਪੀ ਇਜ਼ 45 ਡਿਗਰੀ ਨਵੀਂ ਗੱਲ ਕੀ ਕਹਤੀ ਕਿ ਜਿਹੜਾ ਬਿਲਡਿੰਗ ਦਾ ਟਾਪ ਹੈ ਉਹ ਤੇ ਇੱਕ ਝੰਡਾ ਚੜਾਤਾ ਜਿਹੜਾ ਝੰਡਾ ਚੜਾਇਆ ਝੰਡੇ ਦਾ ਜਿਹੜਾ ਸਿਖਰ ਹੈ ਝੰਡੇ ਦਾ ਟਾਪ ਹੈ ਸਿਖਰ ਹੈ ਉਹਦਾ ਉਹ ਪੀ ਨਾਲ 45 ਡਿਗਰੀ ਦਾ ਉਚਾਨ ਕੋਣ ਬਣਾਉਂਦਾ ਹੈ ਹੁਣ ਦੇਖੋ ਇਹਦੇ ਤੱਕ ਝੰਡਾ ਜੜਾਤਾ ਆਪਾਂ ਇੱਥੇ ਇਹ ਝੰਡਾ ਜੜਾਤੇ ਇਤੇ ਇਹ ਆਹ ਲਾਤਾ ਝੰਡਾ ਜਿਹੜਾ ਝੰਡੇ ਦਾ ਸਿਖਰ ਹੈ ਇਹ ਵੀ ਪੀ ਨਾਲ ਇੱਕ ਕੋਣ ਬਣਾਉਂਦਾ ਹੈ ਇਹ ਸਾਰਾ ਕੋਣ ਹੈ ਜਿਹੜਾ ਇੰਨਾ ਇਹ ਕਿੰਨਾ ਹੈ 45 ਡਿਗਰੀ ਕਿ ਹੈ 45 ਡਿਗਰੀ ਹੈ ਪੀ ਦਾ ਇਹਦੇ ਨਾਲ ਕੋਣ 30 ਡਿਗਰੀ ਪੀ ਦਾ ਇੱਥੇ ਸਿਖਰ ਤੱਕ ਕੋਣ ਫੰਟਾਲੀ ਲਿਖਦੀ ਇੰਨੀ ਗੱਲ ਸਮਝ ਆ ਗਈ ਫਾਈਂਡ ਦਾ ਲੈਂਥ ਆਫ ਫਲੈਗ ਸਟਾਫ ਝੰਡੇ ਦੀ ਲੈਂਥ ਪਤਾ ਕਰੋ ਕਿ ਝੰਡਾ ਕਿੰਨਾ ਉੱਚਾ ਕਿਤੇ ਉਹ ਪਤਾ ਕਰਨਾ ਹੈ ਆਪਾਂ ਕਿਉਂਕਿ ਆਹ ਤਾਂ ਆਪ ਨੂੰ ਪਤਾ ਹੀ ਹੈ 10 ਹੈ ਝੰਡੇ ਦੀ ਉਚਾਈ ਪਤਾ ਕਰਨੀ ਹੈ ਉਹ ਆਪਾਂ ਮੰਨ ਲਈ x ਤਾਂ ਆਹ ਸਾਰਾ ਕਿੰਨਾ ਹੋ ਗਿਆ 10 x 10 ਆ ਸੀ x ਹੈ ਸੀ 10 x ਹੋ ਗਿਆ ਸਾਰਾ ਇਹ ਐਂਡ ਦਾ ਡਿਸਟੈਂਸ ਆਫ ਦਾ ਬਿਲਡਿੰਗ ਫਰੋਮ ਪੁਆਇੰਟ ਪੀ ਤੇ ਬਿਲਡਿੰਗ ਦਾ ਡਿਸਟੈਂਸ ਜਾਨੀ ਆ ਵੀ ਪਤਾ ਕਰੋ ਆਹ ਪੁਆਇੰਟ ਮੰਨ ਲਿਆ ਆਪਾਂ B ਆਹ ਪੁਆਇੰਟ ਮੰਨ ਲਿਆ ਆਪਾਂ A ਆਹ ਪੁਆਇੰਟ ਮੰਨ ਲਿਆ ਆਪਾਂ C ਇੱਥੇ PB ਪਤਾ ਕਰਨਾ ਹੈ ਇੱਕ AB ਪਤਾ ਕਰਨਾ ਹੈ ਦੋਨੇ ਗੱਲਾਂ ਪਤਾ ਕਰਨੀਆਂ ਨੇ AB ਕੀ ਹੋਊਗਾ ਆਪਾਂ ਪਹਿਲਾਂ ਲੇਖ ਹੀ ਲਈਏ AB ਹੋਊਗਾ ਕਿਉਂਕਿ ਆਪਾਂ AC ਮੰਨ ਲਿਆ AC ਮੰਨ ਲਿਆ ਆਪਾਂ x ਮੀਟਰ ਉਹ ਕੀ ਹੈ ਛੰਡੇ ਦੀ ਉਚਾਈ ਹੈ ਆਪਾਂ x ਹੀ ਪਤਾ ਕਰਨਾ ਹੈ ਔਰ ਕੱਲੇ x ਦਾ ਕੋਈ ਹੱਲ ਨਹੀਂ ਕਿਉਂਕਿ ਤਕੋਣ ਆਪਾਂ ਸਾਰੀ ਤਕੋਣ ਦੇ ਵਿੱਚ ਦੇਖਾਂਗੇ ਤਾਂ ਆਪਾਂ ਨੂੰ AB ਕੀ ਬਣ ਜੂ AC BC AC BC AC x BC ਸੀਗਾ 10 ਯਾਨੀ 10 x ਮੀਟਰ 10 x ਮੀਟਰ ਕੀ ਹੋ ਗਿਆ ਆਪਣਾ AB ਹੋ ਗਿਆ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਹੁਣ ਦੋ ਤਿਕੋਣਾਂ ਨੇ ਪਹਿਲਾਂ ਆਪਾਂ ਆ ਛੋਟੀ ਤਿਕੋਣ ਲੈਨੇ PB C ਤਿਕੋਣ पी बी सी इन ट्राइंगल पी बी सी पी बी सी तो आप उन्हें पता है आप कट देने ठीक है एक की है परपेंडिकुलर है आ की है बेस है BC अपॉन पी बी या बी पी होगा टेन थर्टी डिग्री पी बी की है बेस बी सी की है ल, ਲੰਬ ਲੰਬ ਬਟਾਦਾ 10th 30 ਡਿਗਰੀ ਹੁਣ 10th ਜੀ ਡਿਗਰੀ ਕੀ ਹੋਊਗਾ ਆਪਾਂ ਥੋੜਾ ਬਣਾ ਕੇ ਰਖਾ ਨਾ ਫਿਰ 0 1 ਇੱਥੇ 30 ਡਿਗਰੀ ਜਾਂਦਾ ਆਲਾ ਸਾਈਨ ਸੀ ਟਾ ਗਿਆ ਜਿਹੜੇ 1/2 ਆ ਗਿਆ 4 3 ਆ √3/2 ਆ ਗਿਆ 1/2 ਨੂੰ √3/2 ਨਾਲ ਡਿਵਾਈਡ ਕਰਾਂਗੇ ਤਾਂ ਕੀ ਆ ਜਾਣਾ 1/√3 ਆ ਜਾਣਾ ਹੈ ਤਾਂ BC/PB ਕੀ ਆ ਗਿਆ 1/√ ਅੰਡਰ ਰੂਟ 3 ਆ ਗਿਆ BC ਕਿੰਨਾ ਸੀ 10 ਸੀਗਾ PB ਆਪਾਂ ਨੂੰ ਪਤਾ ਨਹੀਂਗਾ ਉਹਨੂੰ PB ਲਿਖ ਲਿਆ 1/ਅੰਡਰ ਰੂਟ 3 ਕੀ ਆ ਗਿਆ 1.732 ਕਰਾਂਗੇ ਮਲਟੀ PB ਦੀ ਗੁਣਾ 1 ਨਾਲ ਹੋ ਜੂਗੀ ਇਹਦੀ ਗੁਣਾ ਇਹਦੇ ਨਾਲ ਹੋ ਜੂ ਕ੍ਰਾਸ ਮਲਟੀਪਲਾਈ ਹੋ ਜੂਗਾ ਤਾਂ PB ਦੀ 1 ਨਾਲ ਗੁਣਾ ਕਰਾਂਗੇ ਤਾਂ PB ਰਹਿ ਗਿਆ 10 ਦੀ ਗੁਣਾ 1.732 ਨਾਲ ਜਦੋਂ ਹੋ ਜੂਗੀ ਤਾਂ ਇੱਕ ਜ਼ੀਰੋ ਹੈ 10 ਨਾਲ 100 ਨਾਲ ਗੁਣਾ ਕਰਨੀ ਤੁਹਾਨੂੰ ਪਹਿਲੀ ਆਉਂਦੀ ਹੈ ਤਾਂ ਇਹ ਜਿਹੜਾ ਪੁਆਇੰਟ ਹੈ ਇੱਕ ਇਧਰ ਸ਼ਿਫਟ ਹੋ ਜਾਊਗਾ ਇਹ ਬਣ ਜੂ 17.32 ਮੀਟਰ ਆਪਣਾ ਪੀਬੀ ਆ ਗਿਆ ਅੱਗੇ ਚੱਲਦੇ ਹਾਂ ਹੁਣ ਧਿਆਨ ਨਾਲ ਦੇਖੋ ਆਪਣੇ ਕੋਲ ਆ ਆ ਗਿਆ ਹੁਣ ਆਪਾਂ ਅਜਾ ਸਾਰਾ ਪਤਾ ਕਰ ਲਈਏ ਉਹਦੇ ਵਿੱਚ ਆਪਾਂ 10 ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਇਕੱਲਾ ਐਕਸ ਰਹਿ ਜਾਊਗਾ ਆਪਾਂ ਤਕੌਣ ਵੱਡੀ ਲੈ ਲੈਣਾ ਏ ਬੀਪੀ ਇਨ ਟ੍ਰਾਇੰਗਲ ਏ ਬੀਪੀ एबीपी ट्रायंगल ਦੇ ਵਿੱਚ এবੀ ਲੈ ਲਓ ਤੇ ਬੀਪੀ ਲੈ ਲਓ এবੀ ਲੰਬ ਹੋ ਗਿਆ ਬੀਪੀ ਆਧਾਰ ਹੋ ਗਿਆ ਕੋਣ ਕਿੰਨਾ ਹੈ ਤਕੀ 45 ਡਿਗਰੀ ਰਹਾ ਟੈਨ 45 ਡਿਗਰੀ ਆ ਗਿਆ ਇੰਨੀ ਗੱਲ ਸਮਝ ਆ ਗਈ এবੀ ਬੀਪੀ ਲੰਬ ਆਧਾਰ ਕਿਹਦੇ ਕੋਲ ਆ ਗਿਆ ਟੈਨ 45 ਦੇ এবੀ ਕਿੰਨਾ ਹੈ ਇਹ ਵੀ 10 x b p ਕਿੰਨਾ ਹੁਣੀ ਕੱਢਿਆ 17.32 ਟੈਣ 45 ਕਿੰਨਾ ਹੁੰਦਾ 1 ਆਇਦਰ ਆ ਕੇ ਗੁਣਾ ਹੋ ਜਾਊਗਾ 10 x 17.32 10 ਉਧਰ ਆ ਕੇ ਮਾਈਨਸ ਹੋ ਜਾਊਗਾ 17.32 10 ਤਾਂ ਕਿੰਨਰਾ ਜੂ 7.32 ਮੀਟਰ ਤੁਹਾਡੀ ਕਿਹਾ ਜੂ ਝੰਡੇ ਦੀ ਉਚਾਈ ਆ ਜੂ ਕਿਉਂਕਿ x ਹੀ ਕੀ ਹੈ ਛੰਡੇ ਦੀ ਉਚਾਈ ਹੈ ਦੋਨੇ ਗੱਲਾਂ ਆ ਗਈਆਂ ਛੰਡੇ ਦੀ ਉਚਾਈ ਹੈਗੀ ਤੇ ਟਾਵਰ ਤੋਂ ਪੁਆਇੰਟ ਪੀ ਦੀ ਦੂਰੀ ਵੀ ਆ ਗਈ ਉਹ ਕਿੰਨੀ ਆ ਗਈ 17.32 ਆ ਗਈ ਅੱਜ ਵੀ ਇੱਕ ਲਾਸਟ ਐਗਜ਼ਾਮਪਲ ਲੈਨੇ ਆਪਾਂ ਬਾਕੀ ਅਗਲੀ ਐਕਸਰਸਾਈਜ਼ ਅਗਲੀ ਵੀਡੀਓ ਚ ਕਰਾਂਗੇ ਦਾ ਸ਼ੈਡੋ ਆਫ ਅ ਟਾਵਰ ਸਟੈਂਡਿੰਗ ਔਨ ਅ ਲੈਵਲ ਗਰਾਉਂਡ ਫਾਊਂਡ ਟੂ ਬੀ 40 ਮੀਟਰ ਲੌਂਗਰ ਵੈਨ ਦਾ ਸਨਸ ਆਲਟੀਟਿਊਡ 30 ਡਿਗਰੀ ਥੈਨ ਵੈਨ ਇਟ ਇਜ਼ 60 देन व्हेन इट इज 60 डिग्री मैं पंजाबी करदा किसी टावर दाई शैडो शैडो मतलब परछावा जेड़ा टावर ਕਿਥੇ ਖੜਾ ਹੈ ਇੱਕ ਲੈਵਲਡ ਗਰਾਊਂਡ ਤੇ ਖੜਾ ਹੈ ਉੱਚੀ ਨੀਵੀਂ ਧਰਤੀ ਨਹੀਂ ਆ ਮੈਨ ਪ੍ਰਿੰਦ ਧਰਤੀ ਹੈ ਉਹ 40 ਮੀਟਰ ਲੰਬਾ ਹੋ ਜਾਂਦਾ ਹੈ 40 ਮੀਟਰ ਲੌਂਗਰ ਹੋ ਜਾਂਦਾ ਹੈ ਅੱਗੇ ਨਾਲ ਪਿੱਛੇ ਨਾਲੋਂ ਲੰਬਾ ਹੋਏਗਾ ਪਿੱਛੇ ਨਾਲੋਂ ਕਦੋਂ ਵੈਨ ਸਨਸ ਆਲਟੀਟਿਊਡ 30 डिग्री देन ਵੈਨ ਇਟ ਇਜ਼ 60 ਡਿਗਰੀ ਦੈਨ ਜਦੋਂ ਇਹ 60 ਡਿਗਰੀ ਸੀ ਉਹਦੇ ਨਾਲੋਂ ਜਦੋਂ 30 ਡਿਗਰੀ ਐਲਟੀਟਿਊਡ ਹੋਏ ਨਾ ਜਦੋਂ ਕੋਣ 60 ਡਿਗਰੀ ਸੀ ਉਦੋਂ ਪਰਛਾਵਾਂ ਛੋਟਾ ਸੀ ਜਦੋਂ ਕੋਣ 30 ਡਿਗਰੀ ਹੋ ਗਿਆ 60 ਤੋਂ ਘਟ ਗਿਆ ਕੋਣ ਕਿਉਂਕਿ ਜਦੋਂ ਆ ਦੂਰੀ ਘਟਦੀ ਰਹਿੰਦੀ ਹੈ ਨਾ ਵਿਚਲੀ ਮੈਂ ਅੱਗੇ ਸਮਝਾਉਣਾ ਤਾਂ ਕੋਣ ਛੋਟਾ ਹੁੰਦਾ ਰਹਿੰਦਾ ਤਾਂ ਜਿਵੇਂ ਜਿਵੇਂ ਦੂਰ ਹੋਵਾਂਗੇ ਕੋਣ ਘਟੀ ਜਾਊਗਾ ਤਾਂ ਜਦੋਂ 30 ਸੀ ਤਾਂ ਪਰਛਾਵਾਂ 40 ਮੀਟਰ ਵੱਡਾ ਹੋ ਗਿਆ ਅੱਗੇ ਨਾਲੋਂ ਫਾਈਂਡ ਦੀ ਹਾਈਟ ਆਫ ਟਾਵਰ ਟਾਵਰ ਦੀ ਹਾਈਟ ਪਤਾ ਕਰੋ ਆਪਾਂ ਕੱਢਦੇ ਹਾਂ ਹੁਣ ਕੁਐਸਚਨ ਇਹ ਇੱਕ ਟਾਵਰ ਹੈ AB ਜੇ ਦੀ ਆਪਾਂ ਹਾਈਟ ਪਤਾ ਕਰਨੀ ਆਪਾਂ x ਮੰਨ ਲਈ ਜਾਂ ਕੁਝ ਵੀ ਮੰਨ ਲਈ ਆਪਾਂ ਜਾਂ AB ਰੱਖ ਲਓ ਚਾਹੇ y ਮੰਨ ਲਓ ਤੁਹਾਡੀ ਇੱਛਾ ਹੈ ਪਹਿਲਾਂ ਜਦੋਂ 60 ਡਿਗਰੀ ਤੇ ਸੂਰਜ ਸੀ ਸੂਰਜ ਦਾ ਐਲਟੀਟਿਊਡ ਕਿੰਨਾ ਸੀਗਾ 60 ਡਿਗਰੀ ਸੀਗਾ ਉਦੋਂ ਪਰਛਾਵਾ ਆਇਆ ਨੂੰ x ਮੰਨ ਲਉਂ ਨੂੰ ਕੁਝ ਹੋਰ ਮੰਨ ਲਉਂ ਨਾ h ਮੰਨ ਲਓ ਉਹਦੇ ਪਰਛਾਵਾ ਮੰਨ ਲਓ x ਮੀਟਰ ਸੀ ਉਹਦੇ ਪਰਛਾਵਾ ਆਪਾਂ ਨੂੰ ਪਤਾ ਨਹੀਂ ਮੰਨ ਲਓ x ਮੀਟਰ ਸੀ ਹੁਣ ਹੌਲੀ 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 ਇੱਕ ਸੂਰਜ ਦਾ ਅਲਟੀਟਿਊਡ ਦਾ ਫਰਕ ਪੈਦਾ ਬਗਿਆ ਠੀਕ ਹੈ ਸੂਰਜ ਦੇ ਅਲਟੀਟਿਊਡ ਦਾ ਕੀ ਫਰਕ ਪੈ ਗਿਆ ਇਹ 30 ਡਿਗਰੀ ਰਹਿ ਗਿਆ ਤਾਂ ਪਰਛਾਵਾ 40 ਮੀਟਰ ਵੱਡਾ ਹੋ ਗਿਆ ਪਹਿਲਾਂ ਨਾਲੋਂ ਯਾਨੀ ਐਨਾ ਕ 40 ਮੀਟਰ ਹੋਰ ਹੋ ਗਿਆ ਇਹਨੂੰ ਮੰਨ ਲਓ d a c ਯਾਨੀ dc 40 ਹੈ BC x ਐ ਲਿਖ ਤੁਸੀਂ ਲਓ ਆਪੀ ਜਿਹੜੀ ਗੱਲ ਮੈਂ ਸਮਝਾ ਰਿਹਾ ਫਿਗਰ ਦੇ ਵਿੱਚ BD ਕੀ ਹੋਊਗਾ BD ਹੋਊਗਾ BC CD BC ਕਿੰਨਾ ਐ x ਐ CD 40 ਐ ਯਾਨੀ 40 x ਮੀਟਰ ਆ BD ਹੋਵੇ ਜਦੋਂ ਕਿ ਇਹ 30 ਡਿਗਰੀ ਐ ਜਦੋਂ 60 ਡਿਗਰੀ x ਮੀਟਰ ਸੀ ਜੋ 30° 40+x ਹੋ ਗਿਆ ਹਾਈਟ ਆਪਾਂ h ਮੰਨ ਲਈ ਦੋ ਤਕੋਨਾ ਨੇ ਇਹਦੇ ਵਿੱਚ ਹੁਣ ਆ ਵੀ ਸਮਕੋਣ ਤਿਕੋਣ ਹੈ ਆ ਵੀ ਸਮਕੋਣ ਤਿਕੋਣ ਹੈ ਪਹਿਲਾਂ ਛੋਟੀ ਲੈ ਲਓ abc ਇਨ ट्रायंगल abc ਤਕੋਣ abc ਵਿੱਚ ਆ ਪਰਪੈਂਡੀਕੂਲਰ ਹੈ ਆ ਬੇਸ ਹੈ ab bc abc ਦਾ h bc ਸੀਗਾ x h x tan 60° tan 60° √3 h/x √3 x ਉਧਰ ਆ ਕੇ ਮਲਟੀਪਲਾਈ ਹੋ ਗਿਆ h √3x h ਦਾ ਮੁੱਲ ਆ ਗਿਆ √3x ਉਮੀਦ ਹੈ ਗੱਲ ਸਮਝ ਆਈ ਹੋਗੀ ਲੰਬ/aadhar tan 60° ਹੋ ਗਿਆ ਹੀ x ਉਧਰ ਆ ਕੇ √3 ਨਾਲ ਗੁਣਾ ਹੋ ਗਿਆ h ਦਾ ਮੁੱਲ ਆ ਗਿਆ ਇਹਨੂੰ ਵਰਤਾਂਗੇ ਕਿਵੇਂ ਵਰਤਣਾ ਹੁਣ ਇਨ ट्रायंगल ABD ਵੱਡੀ ਤਕੋਣ ਲੈ ਲਓ ਤੇ ਆਹ ਤੇ ਆ हूँ ए बी लंब है बी डी आधार है ए बी बड़ा बी डी कि होगा टेन ती डिग्री ठीक है हूँ ए बी कि है ए बी एच है बी डी कि है दस प्लस एक्स है アンドルート3 10 30 ਕਿ ਨਾ ਹੋਊਗਾ 1アンドルート3 ਹੋਊਗਾ ਟੇਬਲ ਚ ਦੇਖ ਲਿਓ ਐਚ ਦੇ ਮੁੱਲ ਆਪਣੇ ਕੋਲ ਹੈਗਾ ਕਿ ਇਹ アンドルート3 ਐਕਸ ਆ ਹੁਣ ਜਿਹੜਾ ਆ ਸੀਗਾ ਇਹਦੇ ਵਿੱਚ ਆਪਾਂ ਵਰਤ ਲਿਆ ਫਰੋਮ 1 ਇੱਥੇ ਲਿਖ ਦਿਓ ਫਰੋਮ 1 1 ਤੋਂ ਐਚ ਦਾ ਮੁੱਲ ਲਿਖ ਦਿਓ アンドルート3 ਐਕਸ 10 ਐਕਸ 1アンドルート3 ਆ ਇਹਦੇ ਨਾਲ ਗੁਣਾ ਹੋ ਗਿਆ ਆ ਇਹਦੇ ਨਾਲ ਗੁਣਾ ਹੋ ਗਿਆ √3 ਦੀ ਗੁਣਾ √3 x ਨਾਲ ਤੇ 10 x ਦੀ ਗੁਣਾ 1 ਨਾਲ 10 x 1 ਦੀ ਗੁਣਾ 10 x ਨਾਲ ਆਮ ਤੌਰ ਤੇ 10 x ਹੀ ਆ ਜਾਊਗਾ √3 ਦੀ ਗੁਣਾ ਜਦੋਂ √3 ਨਾਲ ਕਰਾਂਗੇ ਤਾਂ √ ਨਾਲ √ ਖਤਮ ਹੋ ਜੂ ਇਹ ਦੱਸਿਆ ਹੋਇਆ ਤੁਹਾਨੂੰ ਪੁਰਾਣੀਆਂ ਕਲਾਸਾਂ ਦਾ ਕੰਮ ਹੈ 3x ਆ ਗਿਆ 10 x ਆ x ਇਧਰ ਆ ਕੇ ਮਾਈਨਸ ਹੋ ਗਿਆ 3x x 10 3 x 2x right to 10 2 ਇਧਰ ਆ ਕੇ ਡਿਵਾਈਡ ਹੋ ਗਿਆ 10 5 ਮੀਟਰ x ਕੀ ਆ ਗਿਆ 5 ਮੀਟਰ ਆ ਗਿਆ ਹੁਣ x ਦਾ ਮੁੱਲ 5 ਮੀਟਰ ਆ ਗਿਆ ਪਰ ਆਪਾਂ ਨੂੰ ਤਾਂ ਹਾਈਟ ਚਾਹੀਦੀ ਟਾਵਰ ਦੀ ਹਾਈਟ ਕੇ ਅੰਡਰ √3 ਹਾਈਟ ਹੈ 5 √3 ਕਿਉਂਕਿ x ਦਾ ਮੁੱਲ 5 ਹੈ ਆਪਾਂ ਮਰ 5 √3 ਲਿਖ ਲਓ ਆਪਾਂ 5 1.732 5 2 10 5 3 15 16 5 7 35 36 5 9 45 5 8 ਇਹਨਾਂ ਬਣ ਗਿਆ ਲਗਭਗ ਇੰਨੇ ਕਿ ਮੀਟਰ ਦੇਖ ਲਓ ਗੁਣਾ ਕਾਹਲੀ ਚ ਗਲਤ ਨਾ ਹੋ ਗਈ ਹੋਵੇ ਇਹ ਤੁਹਾਡੀ ਹਾਈਟ ਆ ਜੂਗੀ ਦੀ ਟਾਵਰ ਦੀ ਹਾਈਟ ਟਾਵਰ ਦੀ ਹਾਈਟ ਹੀ ਪੁੱਛਿਆ ਸੀ ਅੱਜ ਦੀ ਵੀਡੀਓ ਚ ਸਿਰਫ ਇੰਨੀ ਅਗਲੀ ਵੀਡੀਓ ਜਲਦ ਲੈ ਕੇ ਆਵਾਂਗੇ ਧੰਨਵਾਦ